ਮਿੰਟੂ ਜੀ, ਆਪਾਂ ਅਗਲੀ ਖਬਰ ਵੱਲ ਚੱਲਦੇ ਹਾਂ। ਉਹ ਖਬਰ ਵੀ ਇੱਦਾਂ ਹੀ ਜੁੜੀ ਹੋਈ ਆ। ਆਪਾਂ ਗੱਲ ਕਰ ਰਹੇ ਸੀ ਵੀ ਲੋਕ ਮਿੱਟੀ ਪਲੀਤ ਕਰਨ ਵਾਲੇ ਨੇ, ਕਿਸੇ ਦੀ ਵੀਡੀਓ ਬਣਾ ਲਈ, ਕਿਸੇ ਦੀ ਜਾਨਲੇਵਾ ਉੱਦਾਂ ਦਾ ਕੋਈ ਹਰਕਤ ਕਰਤੀ, ਪਰ ਕੁਛ ਬੰਦੇ ਇਹੋ ਜਿਹੇ ਵੀ ਹੈ ਜਿਹੜੇ ਲਾਵਾਸ ਲਾਸ਼ਾਂ ਨੂੰ ਸਾਂਭਦੇ ਆ, ਮਿੱਟੀ ਪਲੀਤ ਹੁੰਦੀ ਨੂੰ ਬਚਾਉਂਦੇ ਆ। ਇੱਕ ਸ਼ਖਸ ਹੈ ਇਹੋ ਜਿਹਾ ਪਰਮ ਪੁਰਖ, ਉਹਦੇ ਬਾਰੇ ਸਾਨੂੰ ਦੱਸੋ, ਕੌਣ ਨੇ ਉਹ ਜਿਹੜੇ ਲਾਵਾਸ ਲਾਸ਼ਾਂ ਨੂੰ ਸਾਂਭਦੇ ਆ? ਦੇਖੋ, ਸਭ ਤੋਂ ਵੱਡੀ ਮਿਸਾਲ ਤਾਂ ਇਹ ਹੈ ਕਿ ਖਲੜਾ ਸਾਹਿਬ ਸਾਡੇ ਕੋਲ ਇੱਕ ਮਿਸਾਲ ਨੇ ਜੀ, ਜਿਨ੍ਹਾਂ ਨੇ ਲਾਵਾਰਸ ਲਾਸ਼ਾਂ ਦੀ ਨਾ ਸਿਰਫ ਕਹਾਣੀ ਕੱਢ ਕੇ ਲਿਆਂਦੀ, ਬਲਕਿ ਇਹ ਆਪ ਵੀ ਇੱਕ ਲਾਸ਼ ਬਣ ਕੇ ਉਸ ਗਿਣਤੀ 'ਚ ਸ਼ਾਮਿਲ ਹੋ ਜਾਂਦੇ ਆ ਜੀ। ਖਲੜਾ ਸਾਹਿਬ ਬਹੁਤ ਮਤਲਬ ਕਿ ਇੱਕ ਵੱਡੀ ਮਿਸਾਲ ਆ ਜੀ ਜੀ। ਤਾਂ ਯਾਨੀ ਇਸ ਧਰਤੀ ਨੂੰ ਆਪਾਂ ਕਹਿ ਸਕਦੇ ਬਲੈਸਟ ਧਰਤੀ ਹੈ ਜੀ, ਮਨੁੱਖਤਾ ਇਨਸਾਨੀਅਤ। ਉਹ ਨਾ ਇੱਕ ਥਾਂ 'ਤੇ ਮੈਂ ਕਿਸੇ ਦਿਨ ਲੰਘਦਾ ਫੇਸਬੁੱਕ 'ਤੇ ਨਾ ਵੇਖ ਰਿਹਾ ਸੀਗਾ, ਤਾਂ ਉਹਦੇ 'ਚ ਬੜੀ ਸੋਹਣੀ ਗੱਲ ਲਿਖੀ ਸੀਗੀ ਕਿ ਮੈਂ ਰਹਿਤਾ ਹੂੰ ਇਨਸਾਨੀਅਤ ਕੇ ਅੰਦਰ, ਲੋਕ ਢੂੰਡਤੇ ਹੈ ਮੁਝਕੋ ਮਜ਼ਹਬ ਮੇਂ ਜੀ। ਵਾਹ, ਉਹਨੂੰ ਤੁਸੀਂ ਮਤਲਬ ਕਿ ਸਕੂਨ ਵੀ ਲਾ ਲਓ, ਪਰਮਾਤਮਾ ਵੀ ਲਾ ਲਓ, ਕੁਝ ਵੀ ਕਹਿ ਲਓ ਜੀ ਜੀ ਜੀ, ਕਿ ਅਸਲ ਦੇ ਵਿੱਚ ਉਹ ਇਨਸਾਨੀਅਤ ਦੇ ਵਿੱਚ ਹੀ ਵਾਸ ਕਰਦਾ। ਬਿਲਕੁਲ ਬਿਲਕੁਲ। ਤਾਂ ਹੁਣ ਗੱਲ ਇਹ ਆ ਕਿ ਸਾਡੇ ਕੋਲ ਦਿੱਲੀ ਦੀ ਇੱਕ ਮਿਸਾਲ ਲਓ, ਅੱਜ ਮੈਂ ਤੁਸੀਂ ਲਾਵਾਰਸ ਲਾਸ਼ਾਂ ਦਾ ਸੰਸਕਾਰ ਕਰਨ ਵਾਲਾ ਆ ਸਹਾਰਾ, ਸ਼ਾਇਦ ਬਠਿੰਡੇ ਜੀ ਜੀ, ਇਹਨਾਂ ਦਾ ਕੰਮ ਬਹੁਤ ਵਧੀਆ। ਉਹ ਸਿੰਘ ਸਾਹਿਬ ਹੈਗੇ ਆ, ਮੈਨੂੰ ਨਾਂ ਭੁੱਲ ਗਿਆ, ਸ਼ਾਇਦ ਛੰਟੀ ਸਾਹਿਬ ਨੇ, ਦਿੱਲੀ ਵਾਲੇ ਜੀ। ਕੋਵਿਡ ਦੇ ਦੌਰਾਨ ਤੁਸੀਂ ਵੇਖੋ, ਹਾਂ ਬਿਲਕੁਲ, ਆਪ ਮਰਨ ਕਿਨਾਰੇ ਤੱਕ ਪਹੁੰਚ ਗਏ ਜੀ ਜੀ ਜੀ, ਪਰ ਉਹਨਾਂ ਨੇ ਵੀ ਸੰਸਕਾਰ ਕਰਨਾ ਬੰਦ ਨਹੀਂ ਕੀਤਾ। ਅਤੇ ਇਹ ਵੀ ਇੱਕ ਸੱਜਣ ਹੈਗੇ ਨੇ, ਵਿਸ਼ਾਲ ਜੀ ਆ ਜਗਰਾਉਂ ਤੋਂ, ਦੱਸਦੇ ਆ ਕਿ ਇਹਨਾਂ ਨੇ ਵੀ ਕੋਵਿਡ ਦੇ ਦੌਰਾਨ ਉਦੋਂ 10-20 ਲਾਸ਼ਾਂ ਦਾ ਸੰਸਕਾਰ ਕੀਤਾ। ਉਦੋਂ ਤੁਹਾਨੂੰ ਪਤਾ ਆਪਣੇ ਛੱਡ ਕੇ ਦੌੜ ਜਾਂਦੇ ਸਨ, ਪੜ੍ਹੇ ਲਿਖੇ ਜੀ, ਪੜ੍ਹੇ ਲਿਖਿਆਂ ਨੇ ਵੀ ਉਹ ਮਤਲਬ ਕਿ ਇੰਨਾ ਡਰ ਪਾਲ ਲਿਆ ਸੀਗਾ ਕਿ ਬਈ ਨੇੜੇ ਨਹੀਂ ਸੀ ਜਾਂਦੇ, ਸਮਾਂ ਹੀ ਐਸਾ ਸੀਗਾ ਨਾ ਵੈਸੇ। ਤਾਂ ਕੁਝ ਬੰਦੇ ਸੀਗੇ ਜਿਨ੍ਹਾਂ ਨੇ ਉਹਨਾਂ ਲਾਸ਼ਾਂ ਨੂੰ ਵੀ ਸੰਭਾਲਿਆ, ਵੈਸੇ ਬਹੁਤ ਸਾਰੇ ਸਰਕਾਰੀ ਕਰਮੀ ਵੀ ਸੀਗੇ ਜਿਨ੍ਹਾਂ ਦੇ ਸੰਸਕਾਰ ਕੀਤੇ ਆ, ਉਹਨਾਂ 'ਚੋਂ ਕਈਆਂ ਨੂੰ ਆਪਾਂ ਨਿੰਦਦੇ ਵੀ ਹਾਂ, ਚਲੋ ਆਲੋਚਨਾ ਚੱਲਦੀ ਰਹਿਣੀ ਚਾਹੀਦੀ ਜੀ। ਤਾਂ ਉਹਨਾਂ ਨੇ ਉਸ ਵੇਲੇ ਸੰਸਕਾਰ ਕੀਤੇ ਸੀਗੇ, ਤਾਂ ਇਹ ਵਿਸ਼ਾਲ ਜੀ ਨੇ ਜਗਰਾਉਂ ਤੋਂ। ਉਸ ਤੋਂ ਬਾਅਦ ਹੁਣ ਵੀ ਜੇ ਕੋਈ ਮੰਨ ਲਓ ਕੋਈ ਐਕਸੀਡੈਂਟ ਹੋ ਜਾਂਦਾ ਹੈ ਰੇਲਵੇ ਟਰੈਕ 'ਤੇ, ਕੋਈ ਲਾਵਾਰਸ ਲਾਸ਼ ਮਿਲਦੀ ਹੈ, ਕਿਉਂਕਿ ਪੁਲਿਸ ਦਾ ਕੰਮ ਕੀ ਹੁੰਦਾ ਕਿ 2-3 ਦਿਨ ਉਡੀਕਦੇ ਆ ਜੀ, 174 ਦੀ ਕਾਰਵਾਈ ਕਰਨ ਉਪਰੰਤ ਫਿਰ ਉਹ ਲਾਸ਼ ਨੂੰ ਅਣਪਛਾਤਾ ਕਰਾਰ ਦੇ ਦਿੰਦੇ ਨੇ ਜੀ, ਕਿਉਂਕਿ ਅਖਬਾਰ ਦੇ ਵਿੱਚ ਉਹਨਾਂ ਨੇ ਇੱਕ ਪਬਲਿਕ ਨੋਟਸ ਕੱਢ ਦਿੱਤਾ ਜਿਹਦੇ 'ਚ ਫੋਟੋ ਲਾ ਦਿੱਤੀ ਸ਼ਨਾਖਤ ਵਾਸਤੇ, ਜੇ ਉਹ ਸ਼ਨਾਖਤ ਨਹੀਂ ਹੁੰਦੀ ਤਦ ਉਹ ਲਾਵਾਰਸ ਹੀ ਗਿਣਿਆ ਜਾਂਦਾ। ਤਾਂ ਦੱਸਦੇ ਆ ਕਿ ਹੁਣ ਤੱਕ 70-75 ਇਸ ਤਰ੍ਹਾਂ ਲਾਵਾਰਸ ਜਿਹੜੀਆਂ ਡੈੱਡ ਬੋਡੀ ਸੀਗੀਆਂ ਉਹਨਾਂ ਦਾ ਸੰਸਕਾਰ ਕਰ ਚੁੱਕੇ ਆ। ਅਤੇ ਸਭ ਤੋਂ ਵੱਡੀ ਗੱਲ ਕਿ ਉਹ ਅਸਥੀਆਂ ਵੀ ਜਲ ਪ੍ਰਵਾਹ ਕਰਦੇ ਨੇ ਲਿਜਾ ਕੇ ਜੀ। ਆਪਾਂ ਕਹਿੰਦੇ ਹਾਂ ਨਾ ਕਿ ਫਲਾਣੇ ਦੀ ਮਿੱਟੀ ਰੁਲ ਗਈ ਯਾਰ, ਆਪਾਂ ਇਹੋ ਕਹਿੰਦੇ ਹਾਂ ਨਾ, ਫਲਾਣੇ ਦੀ ਮਿੱਟੀ ਰੋਲਤੀ। ਤਾਂ ਉਸ ਮਿੱਟੀ ਨੂੰ ਸੰਭਾਲਣਾ ਇਹ ਇਸ ਮਿੱਟੀ ਦੀ ਖਸਲਤ ਵਾਲੇ ਖਾਸ ਬੰਦਿਆਂ ਦਾ ਕੰਮ ਹੈ। ਬਿਲਕੁਲ, ਇਹ ਬਹੁਤ ਕਾਬਲੇ ਤਾਰੀਫ ਆ ਇਸ ਤਰ੍ਹਾਂ ਦੇ ਯਤਨ, ਕਿ ਜਿਨ੍ਹਾਂ ਦੇ ਨਾਲ ਆਪਣਾ ਕੋਈ ਦੁਨਿਆਵੀ ਰਿਸ਼ਤਾ ਨਹੀਂ ਹੁੰਦਾ, ਉਹਨਾਂ ਦੇ ਨਾਲ ਜੇ ਮਨੁੱਖਤਾ ਦਾ ਰਿਸ਼ਤਾ ਬਣਦਾ ਤਾਂ ਬੜਾ ਬੜਾ ਕਹਿ ਲਓ ਕਿ ਸਕੂਨ ਦੇਣ ਵਾਲਾ ਸਬੱਬ ਆ ਜੀ ਜੀ। ਖਾਲੜਾ ਸਾਹਿਬ ਦੀ ਤੁਸੀਂ ਗੱਲ ਕੀਤੀ ਸੀ, ਹਰਪਾਲ ਸਿੰਘ ਹਾਂਡਾ ਕਹਿੰਦੇ ਨੇ ਕਿ ਖਾਲੜਾ ਸਾਹਿਬ ਦੇ ਜੀਵਨ 'ਤੇ ਬਣੀ ਫਿਲਮ ਨੂੰ ਸੈਂਸਰ ਬੋਰਡ ਨੇ ਮਾਨਤਾ ਕਿਉਂ ਨਹੀਂ ਦਿੱਤੀ? ਦੇਖੋ, ਉਹ ਨੈੱਟਫਲਿਕਸ 'ਤੇ ਉਹ ਜਾਰੀ ਕਰ ਸਕਦੇ ਆ ਜੇ ਉਹ ਕਰਨ। ਦੇਖੋ, ਸੈਂਸਰ ਦਾ ਆਪਣਾ ਹਿਸਾਬ ਕਿਤਾਬ ਹੁੰਦਾ ਹੈ ਜੀ। ਕੁਛ ਫਿਲਮਾਂ ਜਿਵੇਂ ਅੱਜ ਕੱਲ੍ਹ ਆ ਰਹੀਆਂ ਨੇ, ਖਾਸ ਤੌਰ 'ਤੇ ਸਾਵਰਕਰ ਬਾਰੇ ਆ ਗਈ, ਫਲਾਣੇ ਬਾਰੇ ਆ ਗਈ, ਪ੍ਰੋਪੇਗੰਡਾ ਮੂਵੀਆਂ ਨੇ ਜਿਹੜੀਆਂ,
ਉਹ ਆਈ ਜਾਂਦੀਆਂ ਨੇ, ਕੋਈ ਚੱਕਰ ਨਹੀਂ। ਪਰ ਜਿਹੜੀਆਂ ਇਸ ਤਰ੍ਹਾਂ ਦੀਆਂ ਹੈ ਤਾਂ ਹੋ ਸਕਦਾ ਕਿ ਉੱਥੇ ਕੋਈ ਉਹਨਾਂ ਨੂੰ ਲੱਗਿਆ ਹੋਵੇ, ਪਰ ਉਹ ਕਰਦੇ ਆ ਇਸ ਤਰ੍ਹਾਂ ਜੀ। ਸੈਂਸਰ 'ਚ ਚੱਲਦਾ ਸਾਰਾ ਕੁਛ, ਜਿਹਨਾਂ ਜਿਹਨਾਂ ਦਾ ਸੈਂਸਰ ਦੇ ਨਾਲ ਵਾਹ ਪੈਂਦਾ ਉਹਨਾਂ ਦਾ ਤਜ਼ਰਬਾ ਵੀ ਇਹੋ ਕਹਿੰਦਾ। ਪਰ ਜੇ ਉਹ ਫਿਲਮ ਤਿਆਰ ਹੋ ਗਈ ਆ, ਜੇ ਕੋਈ ਹੋਰ ਰੌਲਾ ਨਹੀਂ ਹੈ, ਅੱਜ ਕੱਲ੍ਹ OTT ਹੈ, ਜਿੱਥੇ ਮਰਜ਼ੀ ਰਿਲੀਜ਼ ਕਰ ਦਿਓ, ਉੱਥੇ ਤਾਂ ਕੋਈ ਸੈਂਸਰ ਬੋਰਡ ਦੀ ਜ਼ਰੂਰਤ ਨਹੀਂ। ਅਤੇ ਦਲਜੀਤ ਨੇ ਚਮਕੀਲਾ ਫਿਲਮ ਵੀ ਤਾਂ ਆਪਦੀ ਉੱਥੇ ਹੀ ਰਿਲੀਜ਼ ਕੀਤੀ ਹੈ, ਬਿਲਕੁਲ, ਕਿਹੜੀ ਉਹ ਨੈੱਟਫਲਿਕਸ। ਜੇ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਫਿਲਮ ਤਿਆਰ ਆ, ਉਹਦਾ ਪੋਸਟ ਪ੍ਰੋਡਕਸ਼ਨ ਦਾ ਕੰਮ ਡਨ ਆ ਜੀ, ਰਿਲੀਜ਼ਿੰਗ ਵਾਸਤੇ ਉਹ ਰੈਡੀ ਆ, ਤਾਂ OTT 'ਤੇ ਉਹ ਰਿਲੀਜ਼ ਕਰ ਸਕਦੇ ਆ ਜੀ। ਠੀਕ ਆ, ਕੁਛ ਵਪਾਰਕ ਹਿੱਤ ਜਿਹੜੇ ਉਹ ਨੁਕਸਾਨੇ ਜਾਂਦੇ ਆ, ਬਿਲਕੁਲ, ਕੁਝ ਘਾਟੇ ਵਾਧੇ ਚੱਲਦੇ ਆ, ਅਤੇ ਜੇ ਬਣੀ ਪਈ ਆ ਡੱਬਾ ਬੰਦ ਕਰਨ ਦੇ ਨਾਲੋਂ ਤਾਂ ਠੀਕ ਆ, ਉੱਥੇ ਕਰ ਦੇਣ, ਇਹ ਸੁਝਾਅ ਹੀ ਆ। ਬਾਕੀ ਕਰਨਾ ਤਾਂ ਬਾਈ ਜਿਹਨੇ ਪੈਸੇ ਲਾਏ ਪ੍ਰੋਡਿਊਸਰ ਨੇ, ਬਿਲਕੁਲ, ਉਹਨੇ ਸੋਚਣਾ, ਉਹਨਾਂ ਨੇ ਡਿਸੀਜਨ ਲੈਣਾ, ਉਹਨਾਂ ਨੇ ਡਿਸੀਜਨ ਲੈਣਾ, ਜੋ ਪ੍ਰੋਡਕਸ਼ਨ ਟੀਮ ਹੁੰਦੀ ਆ ਉਹਨੇ ਦੇਖਣਾ ਹੁੰਦਾ ਕਿ ਕੀ ਕਰਨਾ, ਪਰ ਇਹ ਕੀਤਾ ਜਾ ਸਕਦਾ ਜੀ। ਰਾਜਨ ਮਾਨਕ ਢੱਲਾ ਕਹਿੰਦੇ ਕਿ ਲੁਧਿਆਣੇ ਤੋਂ ਅਨਮੋਲ ਕਵਾਤਰਾ ਦੇ ਪਿਤਾ ਜੀ ਵੀ ਲਵਾਰਸ ਲਾਸ਼ਾਂ ਦੀ ਜਿਹੜੇ ਸੰਸਕਾਰ ਕਰਵਾਉਂਦੇ ਆ। ਨਹੀਂ ਨਹੀਂ, ਅੱਛੀ ਗੱਲ ਹੈ, ਕਈ ਨੇ ਅਜੇ ਇਹ ਕੰਮ ਕਰਦੇ ਆ ਜਿਹੜੇ, ਤਾਂ ਉਹ ਸਾਰੇ ਹੀ ਸਲਿਊਟ, ਕਈ ਸੰਸਥਾਵਾਂ ਨੇ, ਸੰਸਥਾਵਾਂ ਵੀ ਨੇ, ਸੰਸਥਾਵਾਂ ਵੀ ਨੇ, ਤੌਰ ਤੇ ਵੀ ਕਰ ਰਹੇ ਨੇ, ਵਿਅਕਤੀ ਵਿਸ਼ੇਸ਼ ਵੀ ਨੇ ਜਿਹੜੇ ਇਸ ਤਰ੍ਹਾਂ ਦਾ ਹਮਲਾ ਮਾਰਦੇ ਆ। ਵਧੀਆ ਗੱਲ ਹੈ ਜੀ। ਤੁਸੀਂ ਦੇਖੋ, ਮੈਂ ਕਹਿੰਦਾ ਨਾ ਕਿ ਯਾਰ ਜੇ ਕਰਨਾ ਹੋਵੇ ਨਾ ਕੁਛ, ਤਾਂ ਤੁਸੀਂ ਬਹੁਤ ਕੁਝ ਕਰਕੇ ਸਕੂਨ ਪਾ ਸਕਦੇ ਹੋ। ਜ਼ਰੂਰੀ ਨਹੀਂ ਹੁੰਦਾ ਕਿ ਸਮਾਜ ਸੇਵਾ ਜਿਹੜੀ ਉਹ ਪੈਸਿਆਂ ਨਾਲ ਹੀ ਹੁੰਦੀ ਆ, ਦੂਜੇ ਦੀ ਹੈਲਪ ਜਿਹੜੀ ਆ ਪੈਸਿਆਂ ਨਾਲ ਹੀ ਹੁੰਦੀ ਆ ਜੀ। ਮੈਂ ਇਹ ਗੱਲ ਕਹਿੰਦਾ ਹੁੰਦਾ ਕਿ ਯਾਰ ਜੇ ਤੁਸੀਂ ਕਿਸੇ ਦਫ਼ਤਰ 'ਚ ਬੈਠੇ ਹੋ ਜੀ, ਕੋਈ ਤੁਹਾਡਾ ਜੂਨੀਅਰ ਆ ਜਾਂ ਕੋਈ ਬੰਦਾ ਨਵਾਂ ਹੈ, ਜੇ ਤੁਸੀਂ ਉਹਦੀ ਹੈਲਪ ਕਰ ਦਿੰਦੇ ਹੋ, ਉਹ ਵੀ ਇੱਕ ਸੇਵਾ ਹੀ ਆ। ਬਿਲਕੁਲ ਬਿਲਕੁਲ ਜੀ, ਬਿਲਕੁਲ, ਉਹ ਵੀ ਇੱਕ ਸੇਵਾ ਹੀ ਆ। ਸੋ ਕੁਝ ਨਾ ਕੁਝ ਇਹ ਕੰਟਰੀਬਿਊਟ ਕਰ ਦੇਣਾ ਚਾਹੀਦਾ। ਹੋਰ ਨਹੀਂ ਯਾਰ, ਮੈਂ ਕਹਿੰਦਾ ਨਾ ਕਿ ਵਿਹਲੇ ਨਹੀਂ ਤਾਂ ਉੱਥੇ ਲੰਗਰ ਵਰਤਾਓ ਕਿਸੇ ਲੰਗਰ ਦੇ ਵਿੱਚ, ਉਹ ਵੀ ਸੇਵਾ ਹੀ ਆ। ਜੇ ਆਪਣੇ ਕੋਲ ਇਹ ਨਹੀਂ ਹੈ ਕਿ ਮੈਂ ਦਾਨ ਕਰਨਾ ਜੀ, ਮੇਰੇ ਕੋਲ ਪੈਸੇ ਨਹੀਂ ਹੈ, ਸੰਸਥਾ ਬਣਾਉਣ ਜੋਗਾ, ਸੰਸਥਾ ਚਲਾਉਣ ਜੋਗਾ ਢਾਂਚਾ ਨਹੀਂ ਹੈ, ਤਾਂ ਇੱਦਾਂ ਵੀ ਕੀਤਾ ਜਾ ਸਕਦਾ ਯਾਰ ਜੀ। ਬਲਵਿੰਦਰ ਸਿੰਘ ਦਾ ਇੱਕ ਮੈਸੇਜ ਆ ਜੀ, ਕਹਿੰਦੇ ਸਾਡੇ ਮੁਹੱਲੇ 'ਚ ਇੱਕ ਭੈਣ ਤੜਪ ਤੜਪ ਕੇ ਮਰ ਗਈ, ਕਿਸੇ ਨੇ ਹੱਥ ਨਹੀਂ ਲਾਇਆ, ਜਦੋਂ ਉਹਨੂੰ ਡਾਕਟਰ ਬੁਲਾਇਆ ਕਹਿੰਦੇ ਉਦੋਂ ਉਹ ਮ੍ਰਿਤਕ ਹੋ ਚੁੱਕੀ ਸੀ। ਇਹੋ ਜਿਹੀਆਂ ਜਿਹੜੀਆਂ ਵਰਤਾਰੇ ਮਾੜੇ, ਸਾਰੇ ਕਿਤੇ ਸਾਰੀਆਂ ਚੀਜ਼ਾਂ, ਬਿਲਕੁਲ ਸਾਰੀਆਂ ਚੀਜ਼ਾਂ ਪਰਫੈਕਟ ਨਹੀਂ ਹੈ ਜੀ। ਸਮਾਜ ਕੋਈ ਵੀ ਪਰਫੈਕਟ ਨਹੀਂ ਹੈ ਕਿ ਜਿਹਦੇ 'ਚ ਕੋਈ ਕਮੀ ਨਾ ਹੋਵੇ ਜੀ। ਕਿਤੇ ਉਹ ਲੋਕ ਮਿਲ ਜਾਂਦੇ ਆ ਜਿਹੜੇ ਸੜਕ 'ਤੇ ਬੰਦੇ ਨੂੰ ਤੜਫਦਾ ਵੇਖ ਕੇ ਅਤੇ ਆਪਦੀ ਗੱਡੀ ਖਿੱਚ ਦਿੰਦੇ ਆ, ਆਪਦੀ ਮੰਜ਼ਿਲ ਨੂੰ ਚੱਲ ਪੈਂਦੇ ਆ। ਕੁਝ ਹੁੰਦੇ ਆ ਜਿਹੜੇ ਮਤਲਬ ਕਿ ਜਿੰਨੀ ਮਰਜ਼ੀ ਐਮਰਜੈਂਸੀ ਹੋਵੇ, ਜਿੰਨੀ ਮਰਜ਼ੀ ਕਾਹਲੀ ਹੋਵੇ ਜੀ, ਉਹ ਵੇਂਹਦੇ ਆ ਬੰਦੇ ਨੂੰ ਅਤੇ ਹੈਲਪ ਵੀ ਦਿੰਦੇ ਆ ਜੀ ਜੀ। ਤਾਂ ਹੁਣ ਦੋਵੇਂ ਤਰ੍ਹਾਂ ਦਾ, ਇੱਕ ਇਨਸਾਨ ਇੱਕੋ ਸੜਕ 'ਤੇ ਆ ਜੀ, ਇੱਕ ਜਿਹੜਾ ਗੱਡੀ ਭਜਾ ਕੇ ਉੱਥੋਂ ਕੋਲੋਂ ਲੰਘ ਗਿਆ, ਹੋ ਸਕਦਾ ਮਾਰ ਕੇ ਹੀ ਨਿਕਲ ਗਿਆ, ਨਿਕਲ ਗਿਆ, ਇੱਕ ਉਹ ਵੀ ਉਸੇ ਸੜਕ 'ਤੇ ਹੀ ਜਾ ਰਿਹਾ ਨਾ ਜੀ, ਜਿਹੜਾ ਰੁਕਿਆ ਨਾ ਸਿਰਫ ਰੁਕਿਆ ਬਲਕਿ ਉਸਨੇ ਉਸਨੂੰ ਹਸਪਤਾਲ ਤੱਕ ਪਹੁੰਚਾਇਆ, ਮਦਦ ਕੀਤੀ। ਯਾਨੀ ਇੱਕੋ ਸੜਕ 'ਤੇ ਦੋ ਤਰ੍ਹਾਂ ਦੇ ਤੁਹਾਨੂੰ ਲੋਕ ਜਿਹੜੇ ਉਹ ਮਿਲ ਜਾਣਗੇ ਜੀ। ਨਿਰਮਲ ਸਿੰਘ ਬਾਜਵਾ ਜੀ, ਆਪਾਂ ਇਸ ਗੱਲ 'ਤੇ ਆਉਂਦੇ ਹੀ ਸੀ, ਇਸ ਤੋਂ ਬਾਅਦ ਸ਼ੰਭੂ ਬਾਰਡਰ ਬਾਰੇ ਉਹ ਪੁੱਛ ਰਹੇ ਨੇ, ਸ਼ੰਭੂ ਬਾਰਡਰ 'ਤੇ ਕੀ ਅਪਡੇਟਸ ਨੇ, ਕਿਉਂਕਿ ਉਹ ਕੱਲ੍ਹ ਮਸਲਾ ਆਪਾਂ ਗੱਲ ਕਰੀ ਸੀ ਕੱਲ੍ਹ ਉਹਦੇ ਬਾਰੇ ਵੀ, ਕੱਲ੍ਹ ਕੋਈ ਉੱਥੇ ਹੋਈ ਹੈ ਪ੍ਰੋਬਲਮ, ਕੋਈ ਸਮੱਸਿਆ ਹੋਈ ਹੈ, ਉਹ ਅੱਜ ਫਿਰ ਉਹ ਅਜੇ ਚੱਲ ਰਿਹਾ, ਕੰਟੀਨਿਊ ਹੈ ਕੰਮ, ਖਤਮ ਨਹੀਂ ਹੋਈ ਗੱਲ ਉਹ ਜੀ ਜੀ। ਡੇਰਾ ਪ੍ਰੇਮੀਆਂ ਅਤੇ ਸਿੱਖਾਂ 'ਚ ਝੜਪ ਹੋਈ ਡਾਂਗਾਂ ਨਾਲ ਵੀ ਗੱਲ ਕਰਿਓ, ਸਾਡੇ ਕੋਲ ਕੋਈ ਅਪਡੇਟ ਨਹੀਂ ਹੈ ਜੀ ਇਸ ਬਾਬਤ ਗੁਰਵਿੰਦਰ ਜੀ, ਅਤੇ ਜਦੋਂ ਤੱਕ ਸਾਡੇ ਕੋਲ ਕੋਈ ਪੁਖਤਾ ਜਾਣਕਾਰੀ ਨਾ ਹੋਵੇ, ਅਸੀਂ ਕਿਉਂਕਿ ਇਸ ਵੇਲੇ ਲਾਈਵ 'ਚ ਹੁੰਦੇ ਹਾਂ, ਲਾਈਵ 'ਚ ਸਾਰੀਆਂ ਚੀਜ਼ਾਂ ਅਸੀਂ ਨਹੀਂ ਪੜ੍ਹ ਸਕਦੇ। ਅੱਛਾ, ਜਿਹੜੀ ਗੱਲ ਤੁਸੀਂ ਕਰ ਰਹੇ ਹੋ ਉਹਨੂੰ ਦੁਬਾਰਾ ਦੁਹਰਾ ਦਿਓ, ਫਿਰ ਆਪਾਂ ਜੀ ਸ਼ੰਭੂ ਬਾਰਡਰ ਦੀ ਆਪਾਂ ਗੱਲ ਕਰ ਰਹੇ ਸੀ ਜੀ ਜੀ ਜੀ। ਦੇਖੋ ਗੱਲ ਇਹ ਆ ਕਿ ਸ਼ੰਭੂ ਬਾਰਡਰ 'ਤੇ ਰੌਲਾ ਹੈ ਜੀ, ਵੀਕਐਂਡ 'ਤੇ ਝੜਪ ਵੀ ਹੋਈ ਹਲਕੀ ਜੀ,
ਉੱਥੇ ਮਤਲਬ ਕਿ ਤਲਖੀ ਹੋਈ ਜੀ, ਮਾਹੌਲ ਦੇ ਵਿੱਚ ਕਸ਼ੀਦਗੀ ਸੀਗੀ। ਕਿਸਾਨ ਆਗੂ ਇਹ ਗੱਲ ਕਹਿੰਦੇ ਆ ਕਿ ਇਹ ਬੰਦੇ ਜਿਹੜੇ ਚੱਕੇ ਚੁਕਾਏ ਆਏ ਆ, ਇਹ ਘੱਗਰ 'ਚੋਂ ਮਾਈਨਿੰਗ ਕਰਦੇ ਆ, ਇਹਨਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ, ਇਹ ਭਾਜਪਾ ਦੇ ਚੁੱਕੇ ਚੁਕਾਏ ਨੇ ਜੀ।